ਬੇਸ਼ੱਕ ਕੋਰੋਨਾ ਵਾਇਰਸ ਦੀ ਇਸ ਘਾਤਕ ਮਹਾਮਾਰੀ ਤੋਂ ਬਚਣ ਲਈ 22 ਮਾਰਚ ਤੋਂ ਹੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਬਹੁਤ ਲੋਕ ਅਜਿਹੇ ਨੇ ਜੋ ਪ੍ਰਸ਼ਾਸਨਿਕ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸੜਕਾਂ ਉੱਤੇ ਸਾਫ਼ ਘੁੰਮਦੇ ਨਜ਼ਰ ਆਉਂਦੇ ਨੇ ਤੇ ਅਜਿਹੇ ਲੋਕਾਂ ਨੂੰ ਪੁਲਿਸ ਵੀ ਫਿਰ ਆਪਣੇ ਤਰੀਕੇ ਸੂਤ ਕਰਦੀ ਹੈ ਪਰ ਲੁਧਿਆਣਾ ਵਿੱਚ ਕਰਫਿਊ ਦਾ ਉਲੰਘਣ ਕਰਨ ਵਾਲਿਆਂ ਨੂੰ ਯਮਰਾਜ ਵੱਲੋਂ ਸਮਝਾਈ ਗਈ ਜ਼ਿੰਦਗੀ ਦੀ ਅਹਿਮੀਅਤ ਜੀ ਹਾਂ ਪਾਰਥ ਨਗਰ ਚੌਂਕ ਵਿੱਚ ਲੋਕਾਂ ਨੂੰ ਜੀਵਨ ਦੀ ਅਹਿਮੀਅਤ ਦੱਸ ਰਹੇ ਸਨ ਉਸ ਦਾ ਪਾਠ ਪੜ੍ਹਾ ਰਹੇ ਸਨ ਯਮਰਾਜ ਉਫ ਸੁੱਚਾ ਯਾਦਵ ਉਫ ਕੁਮਾਰ ਸੌਰਵ ਪੁਲਿਸ ਦੇ ਜਜ਼ਬੇ ਨੂੰ ਸਲਾਮ ਕਰਨਾ ਚਾਹੀਦਾ ਹੈ ਅੱਜ ਪੁਲਿਸ ਪਰਮਾਤਮਾ ਤੋਂ ਬਾਅਦ ਜੇ ਕੋਈ ਸਾਡੇ ਨਾਲ ਚੱਟਾਨ ਬਣ ਕੇ ਇਸ ਬਿਮਾਰੀ ਦੇ ਵਿੱਚ ਖੜਾ ਤਾਂ ਉਹ ਸਾਡੀ ਪੰਜਾਬ ਪੁਲਿਸ ਹੈ ਸਾਨੂੰ ਸਲਿਊਟ ਕਰਨਾ ਚਾਹੀਦਾ ਸਾਨੂੰ ਤਾਂ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਹੱਥ ਸਾਨੂੰ ਤਾਂ ਆਪਣੇ ਹੱਥਾਂ ਨਾਲ ਫੁੱਲ ਵਰਸ਼ਾ ਕਰਨੀ ਚਾਹੀਦੀ ਹੈ ਪੁਲਿਸ ਵਾਲਿਆਂ ਦੇ ਹੱਥ ਚੁੰਮਣੇ ਚਾਹੀਦੇ ਹੈ ਅਤੇ ਅਸੀਂ ਕੀ ਕਰਦੇ ਪਏ ਹਾਂ ਅਸੀਂ ਪੁਲਿਸ ਵਾਲਿਆਂ ਦੇ ਉੱਤੇ ਮਜ਼ਾਕ ਬਣਾਇਆ ਹੋਇਆ ਵਾ ਅਸੀਂ ਲਾਠੀਆਂ ਚੱਕਦੇ ਪਏ ਇੱਟਾਂ ਮਾਰਦੇ ਪਏ ਰੋੜੇ ਮਾਰਦੇ ਪਏ ਅਸੀਂ ਹੱਥ ਕੱਢਦੇ ਪਏ ਹਾਂ ਕੁਮਾਰ ਗੌਰਵ ਯੂਆਰ ਦਾ ਸਟਰੈਂਥ ਐਨ ਜੀ ਓ ਤੋਂ ਸੱਚਾ ਯਾਦਵ ਹਮੇਸ਼ਾ ਇੱਕੋ ਗੱਲ ਕਹਿੰਦਾ ਕਿ ਦੋਸਤੋ ਹਰ ਗੱਲ ਹਸੀ ਨਹੀਂ ਹੈ ਮਜ਼ਾਕ ਨਹੀਂ ਹੈ ਇਹਦੇ ਪਿੱਛੇ ਵੀ ਇੱਕ ਮੈਸੇਜ ਹੈ ਔਰ ਉਹ ਮੈਸੇਜ ਇਹੀ ਹੈ ਕਿ ਅਸੀਂ ਅੱਜ ਆਪਣੀ ਜ਼ਿੰਦਗੀਆਂ ਨੂੰ ਕਿੰਨਾ ਸਸਤਾ ਸਮਝ ਲਿਆ ਅਸੀਂ ਆਪਣੀ ਜ਼ਿੰਦਗੀਆਂ ਨੂੰ ਸਸਤਾ ਸਮਝਿਆ ਹੀ ਸਮਝਿਆ ਵੈ ਅਸੀਂ ਆਪਣੇ ਨਾਲ ਨਾਲ ਆਪਣੇ ਪਰਿਵਾਰ ਦੇ ਆਪਣੇ ਸ਼ਹਿਰ ਦੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਡਾਕਟਰ ਦੇ ਸਫਾਈ ਕਰਮਚਾਰੀ ਹਰ ਇੱਕ ਦੀ ਜ਼ਿੰਦਗੀ ਨੂੰ ਸਸਤਾ ਸਮਝ ਲਿਆ ਬੜੀ ਗਲਤ ਗੱਲ ਹੈ ਪੁਲਿਸ ਦੇ ਜਜ਼ਬੇ ਨੂੰ ਸਲਾਮ ਕਰਨਾ ਚਾਹੀਦਾ ਅੱਜ ਪੁਲਿਸ ਪਰਮਾਤਮਾ ਤੋਂ ਬਾਅਦ ਜੇ ਕੋਈ ਸਾਡੇ ਨਾਲ ਚੱਟਾਨ ਬਣ ਕੇ ਇਸ ਬਿਮਾਰੀ ਦੇ ਵਿੱਚ ਖੜਾ ਤਾਂ ਉਹ ਸਾਡੀ ਪੰਜਾਬ ਪੁਲਿਸ ਹੈ ਸਾਨੂੰ ਸਲਿਊਟ ਕਰਨਾ ਚਾਹੀਦਾ ਸਾਨੂੰ ਤਾਂ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਹੱਥ ਸਾਨੂੰ ਤਾਂ ਆਪਣੇ ਹੱਥਾਂ ਨਾਲ ਫੁੱਲ ਵਰਸ਼ਾ ਕਰਨੀ ਚਾਹੀਦੀ ਹੈ ਪੁਲਿਸ ਵਾਲਿਆਂ ਦੇ ਹੱਥ ਚੁੰਮਣੇ ਚਾਹੀਦੇ ਹੈ ਅਤੇ ਅਸੀਂ ਕੀ ਕਰਦੇ ਪਏ ਹਾਂ ਅਸੀਂ ਪੁਲਿਸ ਵਾਲਿਆਂ ਦੇ ਉੱਤੇ ਮਜ਼ਾਕ ਬਣਾਇਆ ਹੋਇਆ ਵਾ ਅਸੀਂ ਲਾਠੀਆਂ ਚੱਕਦੇ ਪਏ ਇੱਟਾਂ ਮਾਰਦੇ ਪਏ ਰੋੜੇ ਮਾਰਦੇ ਪਏ ਅਸੀਂ ਹੱਥ ਕੱਢਦੇ ਪਏ ਹਾਂ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਸਾਡੇ ਵਾਸਤੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਕਿ ਪੁਲਿਸ ਵਾਲਿਆਂ ਦੇ ਪਰਿਵਾਰ ਨਹੀਂ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਰੋਕਦੇ ਨਹੀਂ ਹੈ ਕਿ ਉਹਨਾਂ ਦੀ ਬੀਵੀਆਂ ਉਹਨਾਂ ਦੀ ਮਾਵਾਂ ਉਹਨਾਂ ਨੂੰ ਘਰ ਤੋਂ ਸਿਰ ਨਿਕਲਣ ਤੋਂ ਪਹਿਲਾਂ ਡਿਊਟੀ ਕਰਨ ਤੋਂ ਪਹਿਲਾਂ ਰੋਕਦੀਆਂ ਨਹੀਂ ਹੈ ਕਿ ਬੇਟਾ ਤੁਹਾਨੂੰ ਵੀ ਕਰੋਨਾ ਹੋ ਸਕਦਾ ਕੁਛ ਤਾਂ ਸ਼ਰਮ ਕਰੋ ਯਾਰ ਕੁਛ ਤਾਂ ਜਜ਼ਬਾ ਰੱਖੋ ਰੱਬ ਦਾ ਖੌਫ ਖਾਓ ਉਹ ਡਰੋ ਇਹਨਾਂ ਪੁਲਿਸ ਵਾਲਿਆਂ ਦਾ ਪ੍ਰਸ਼ਾਸਨ ਕੋਵਿਡ-19 ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਿਛਲੀ 22 ਮਾਰਚ ਤੋਂ ਕੰਟੀਨਿਊਸਲੀ ਯਤਨ ਚੱਲ ਰਹੇ ਹੈ ਅਸੀਂ ਲੋਕਾਂ ਨੂੰ ਵੱਖੋ ਵੱਖਰੇ ਢੰਗਾਂ ਨਾਲ ਜਾਗਰਤ ਕਰ ਰਹੇ ਹਾਂ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸ਼੍ਰੀ ਰਕੇਸ਼ ਅਗਰਵਾਲ ਜੀ ਵੱਲੋਂ ਜਿੱਥੇ ਸੋਸ਼ਲ ਮੀਡੀਆ 'ਤੇ ਜਿੱਥੇ ਦੂਜੇ ਮੀਡੀਆ 'ਤੇ ਜਾ ਕੇ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਾਂ ਘਰਾਂ 'ਚ ਰਹੀਏ ਸੋਸ਼ਲ ਡਿਸਟੈਂਸ ਮੇਨਟੇਨ ਕਰਦੇ ਰਹੀਏ ਅਤੇ ਨਾਲ ਦੀ ਨਾਲ ਉਹ ਸਮਾਜਿਕ ਧਾਰਮਿਕ ਅਤੇ ਹੋਰ ਐਨ ਜੀ ਓਸ ਜਿਹੜੀਆਂ ਇਸ ਔਖੀ ਘੜੀ 'ਚ ਲੋੜਵੰਦਾਂ ਤੱਕ ਰਾਸ਼ਨ ਪਹੁੰਚਾ ਰਹੀਆਂ ਸੈਨੇਟਾਈਜ਼ਰ ਪਹੁੰਚਾ ਰਹੀਆਂ ਮਾਸਕ ਵੰਡ ਰਹੀਆਂ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਅੱਜ ਯੂਵਾ ਐਨ ਜੀ ਓ ਦੇ ਮਿਸਟਰ ਕੁਮਾਰ ਗੌਰਵ ਨੇ ਜਿਨ੍ਹਾਂ ਨੇ ਅੱਜ ਭੇਸ ਜਿਹੜਾ ਹੈਗਾ ਉਹ ਯਮਰਾਜ ਜੀ ਦਾ ਬਣਾਇਆ ਅਤੇ ਯਮਰਾਜ ਜੀ ਦਾ ਭੇਸ ਬਣਾ ਕੇ ਉਹ ਲੋਕਾਂ ਨੂੰ ਜਿਹੜੇ ਬਿਨਾਂ ਮਤਲਬ ਤੋਂ ਕਰਫਿਊ ਦੀ ਉਲੰਘਣਾ ਕਰਦੇ ਹੋਏ ਬਾਹਰ ਤੁਰੇ ਫਿਰਦੇ ਆ ਉਹਨਾਂ ਨੂੰ ਉਹ ਇੱਕ ਸੰਦੇਸ਼ ਦੇ ਰਹੇ ਆ ਵੀ ਆਪਾਂ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ ਜਿਹੜਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਸਾਡੀਆਂ ਸਰਕਾਰਾਂ ਵੱਲੋਂ ਕਰਫਿਊ ਸਾਡੀ ਭਲਾਈ ਵਾਸਤੇ ਲਗਾਇਆ ਗਿਆ ਉਹਨੂੰ ਬੋਝ ਨਾ ਸਮਝ ਕੇ ਆਪਾਂ ਕਰਫਿਊ ਨੂੰ ਲਾਗੂ ਕਰਾਉਣ 'ਚ ਪ੍ਰਸ਼ਾਸਨ ਦਾ ਸਾਥ ਦਈਏ ਅੱਜ ਬਹੁਤ ਚੰਗੇ ਢੰਗ ਨਾਲ ਉਹਨਾਂ ਨੇ ਇੱਕ ਜਿਹੜਾ ਯਮਰਾਜ ਦਾ ਅਤੇ ਨਾਲ ਉਹਨਾਂ ਦੇ ਚਿੱਤਰਗੁਪਤ ਜੀ ਨੇ ਉਹਨਾਂ ਨੇ ਜਿਹੜਾ ਭੇਸ ਬਣਾ ਕੇ ਲੋਕਾਂ ਨੂੰ ਕਾਫੀ ਚੰਗੇ ਢੰਗ ਨਾਲ ਉਹ ਜਾਗਰੂਕ ਕਰ ਰਹੇ ਆ ਅਸੀਂ ਧੰਨਵਾਦ ਹਾਂ ਉਹਨਾਂ ਦੇ ਜਿਹੜੇ ਅਜਿਹੇ ਯਤਨ ਕਰਕੇ ਸਾਡੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ ਆਪਣੇ ਘਰਾਂ ਵਿੱਚ ਵੀ ਅਸੀਂ ਇੱਕ ਵਾਜਬ ਦੂਰੀ ਜਿਹੜੀ ਹੈਗੀ ਹੈ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੀ ਵਾਜਬ ਦੂਰੀ ਬਣਾ ਕੇ ਰੱਖੀਏ ਅਸੀਂ ਬਿਨਾਂ ਮਤਲਬ ਤੋਂ ਘਰਾਂ ਤੋਂ ਬਾਹਰ ਨਾ ਆਈਏ ਅਸੀਂ ਘਰਾਂ ਦੇ ਵਿੱਚ ਰਹੀਏ ਅਤੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ 'ਚ ਆਪੋ ਆਪਣਾ ਯੋਗਦਾਨ ਪਾਈਏ ਧੰਨਵਾਦ ਜੈ ਹਿੰਦ ਘਰ ਕੋ ਨਹੀਂ ਹਮਾਰੇ ਸ਼ਹਿਰ ਕੋ ਨਹੀਂ ਬਲਕਿ ਪੂਰੇ ਵਿਸ਼ਵ ਕੋ ਨਿਕਲ ਰਹੀ ਹੈ ਔਰ ਉਸਕਾ ਇੱਕ ਹੀ ਉਪਾਅ ਹੈ ਘਰ ਪੇ ਰਹੀਏ ਬਾਰ ਬਾਰ ਕਹਿ ਰਹਾ ਹੂੰ ਘਰ ਪੇ ਰਹੀਏ ਅਗਰ ਕੋਈ ਜ਼ਰੂਰੀ ਕਾਮ ਹੈ ਤੋ ਹੀ ਸਮਾਨ ਲੈਣੇ ਕੇ ਲੀਏ ਬਾਹਰ ਨਿਕਲੀਏ ਜ਼ਿੰਦਗੀਓ ਕਾ ਜ਼ਿੰਦਗੀ ਇਤਨੀ ਸਸਤੀ ਮਤ ਪਰ ਆਈ ਹੈ ਹਮਾਰੇ ਲੀਏ ਲੋ ਭਾਈ ਇਹ ਮਾਸਕ ਪਹਿਨ ਪਹਿਲੇ ਜ਼ਿੰਦਗੀ ਕੋ ਇਤਨੀ ਸਸਤੀ ਮਤ ਬਣਾਓ ਹਮਾਰੇ ਲੀਏ ਹਮਾਰੇ ਲੀਏ ਤੁਮ ਸਭ ਧਰਤੀ ਵਾਸੀਓ ਕੇ ਲੀਏ ਹਮਾਰੀ ਪੁਲਿਸ ਸ਼ਹਾਦਤ ਦੇ ਰਹੀ ਹੈ ਕਿਆ ਉਨਕਾ ਪਰਿਵਾਰ ਨਹੀਂ ਹੈ ਦਿਨ ਰਾਤ ਉਹ ਜਜ਼ਬਾ ਦਿਖਾ ਰਹੇ ਹੈ ਮਿਹਨਤ ਕਰ ਰਹੇ ਹੈ ਹਮਾਰੇ ਲੀਏ ਕਰ ਰਹੇ ਹੈ ਅਰੇ ਤੁਮ ਲੋਕੋ ਕੋ ਤੋ ਸਲਿਊਟ ਕਰਨਾ ਚਾਹੀਏ
जिन पुलिस ऑफिसर के हाथों को तुम्हें चूमना चाहिए, फूल वर्षा करनी चाहिए जिन हाथों से, तुम क्या कर रहे हो धरती वासी, तुम क्या कर रहे हो? अरे कम से कम अपने लिए, अपने परिवार के नागरिक हो, अगर वाकई में इंसानियत से प्यार है, मार मार करो कानून की और अपनी जिंदगी सुरक्षित बनाओ, यही हमारा कहना है आप सब। सबसे पहले सैनिटाइजर से हाथ धोए, साबुन से हाथ धोए, और मास्क के बिना तो सोचे भी मत कि घर से निकलना है। और एक विनती और है, मेरी हाथ जोड़ के विनती है, अगर वाकई कि मुझे थोड़ी सी भी कोई प्रॉब्लम है, कोई दिक्कत है, तो प्लीज मैं प्लीज उसे हाथ जोड़ के निवेदन करूंगा, अपनी टेस्टिंग करवाएं, कुत्ते नागरिक का फर्ज नहीं है, घर से छुपना, घर से लुकना, कि अपने आप को सुरक्षित बनाए। भाई ये मुद्दा कोई हंसी का मुद्दा नहीं है, ये गंभीर मुद्दा है, अगर हमने आज इसे गंभीरता से ना लिया, अगर आज तुम सब धरती वासियों ने इसे गंभीरता से ना लिया, इसे मजाक समझा, तो कल को जिंदगी मजाक हो जाएगी। लाइए सर, लाइए लाइए। ये बात डर की नहीं है, ये इस जज्बे की है, और इस जज्बे को हम सबको सलाम करना चाहिए, अपनी जिंदगी को जोखिम में डाल के आज हमारी पुलिस। दूरी पे अगर आप लोग चाहते हैं कि ये यमराज किसी धरती से प्राणी से लेके ना जाए, तो इस वक्त अपनी पुलिस का साथ दें, अपने डॉक्टर का साथ दें, उन पुलिस ऑफिसर की शहादत को याद करें जो हमारे लिए अपनी जिंदगी कुर्बान कर रहे हैं, और इस जज्बे को हम सबको सलाम करना चाहिए, अपनी जिंदगी को जोखिम में डाल के आज हमारी पुलिस। वो पुलिस अधिकारी जो दिन रात ड्यूटी कर रहे हैं, अपनी जान की परवाह नहीं कर रहे, जिन हाथों को हमें चूमना चाहिए, जिन हाथों से हमें फूल वर्षा करनी चाहिए, उन हाथों को हम लोग काट रहे हैं। चलो चलो चित्र कट्टर मैं जो करो करो शुरू चलो मैं कहूँ शुरू नाली शुरू कर दियो चलो करते चलो अरे नहीं दस रहे आ रहे गोल्डी मोबाइल जल्दी पाओ अरे ट्रायल ले रहे हैं यार मोबाइल पता नहीं होटल पता नहीं कुछ हो सकता सही कर रहा आप बता की पानी आ रहा मैं तो देर की घूम जा ना यार सोशल डिस्टेंस बनाना जरूरी है, इधर आ थोड़ा सा गैप रख, तुम भी गैप रखो थोड़ा प्राणी गैप रखो। मुझे एक बात बताओ,
क्या तुम सबको अपनी अपनी जिंदगियों से प्यार है या नहीं है? तो फिर घर से बाहर क्यों निकल रहे हो? चतुर्गो जी महाराज, इस बात को इन लोगों ने मजाक बना रखा है। जिंदगी और मौत का सवाल है। कोरोना वायरस आज पूरी जिंदगी नहीं पूरी दुनिया कपकपा रही है। तुम्हें समझ आना चाहिए, ये पुलिस वर्क, ये पुलिस डिपार्टमेंट हम सबकी सेफ्टी के लिए दिन रात तक किए हुए हैं। पुलिस अफसरों ने हमारे लिए शहादत दे दी, कुर्बानी दे दी। कुछ पुलिस अफसर तुम लोगों के लिए आज हॉस्पिटलों में बैठे, आज अपना परिवार छोड़कर सड़कों पे ड्यूटी निभा रहे हैं। डॉक्टर, सफाई कर्मचारी, तुम लोगों को समझ नहीं आता जी, यहाँ मुर्गा बनने की बजाय अपने घर में आराम से बैठो, कानून की पालना करो, अपनी जिंदगी सेफ बनाओ। मास्क कहाँ है तुम लोगों के? गुरबाणी अखंड बाणी वास्ते लुधियाना तो विपिन महराना और प्रदीप भंडारी की रिपोर्ट। वाहेगुरु जी का खालसा, वाहेगुरु जी की फतेह। सिख धर्म की हर गतिविधि अते गुरबाणी वास्ते हुने सब्सक्राइब करो गुरबाणी अखंड बाणी, अते नोटिफिकेशंस वास्ते बेल नूं रिंग करो।